ਸਸ਼ਿਕਾਲ ਐਚਐਸਐਨ ਟੀਵੀ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ ਹੈ ਮੈਂ ਹਰਸ਼ੀਤਲ ਆਸਪ ਤੋਂ ਪਹਿਲਾਂ ਚਾਤ ਮਾਰਦੇ ਆਈਆਂ ਖਾਸ ਖਬਰਾਂ ਤੋਂ ਕੈਨੇਡਾ ਨੇ ਚੀਨ ਨੂੰ ਦਿੱਤਾ ਵੱਡਾ ਚਟਕਾ ਹਵਾਈ ਅਤੇ ZTE ਦੇ ਉੱਤੇ ਲਗਾਈ ਪਾਬੰਦੀ ਜਾਨ ਵਾਲਿਆਂ ਦੇ ਲਈ ਬਾਇਓਮੈਟ੍ਰਿਕਸ ਦੇ ਨਾਮ ਤੇ ਹੁੰਦੀ ਲੁੱਟ ਹੁਣ ਹੋਵੇਗੀ ਬੰਦ ਰੂਸ ਨੇ ਕੈਨੇਡਾ ਦੇ ਸੀਬੀਸੀ ਦਾ ਦਫ਼ਤਰ ਕੀਤਾ ਬੰਦ ਪੱਤਰਕਾਰਾਂ ਦੇ ਵੀਜ਼ੇ ਕੀਤੇ ਰੱਦ ਸਜ਼ਾ ਤੋਂ ਲਾਂਤ ਤੋਂ ਬਾਅਦ ਨਵਜੋਸ਼ ਸਿੱਧੂ ਨੂੰ ਸੁਪਰੀਮ ਕੋਰਟ ਦਾ ਇੱਕ ਹੋਰ ਵੱਡਾ ਚਟਕਾ ਰਾਹੁਲ ਗਾਂਧੀ ਲੰਡਨ ਦੇ ਲਈ ਹੋ ਰਵਾਨਾ ਆਈਡੀਆਜ਼ ਫਾਰ ਇੰਡੀਆ ਸੰਮੇਲਨ ਦੇ ਵਿੱਚ ਕੀਤੀ ਸ਼ਿਰਕਤ ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਨਗੇ ਸੁਨੀਲ ਜਾਖੜ ਵੱਡੀ ਜ਼ਿੰਮੇਵਾਰੀ ਸੌਂਪਣ ਦੇ ਮੂੜ ਦੇ ਵਿੱਚ ਪਾਸਪਾ ਪੀਪੀਸੀਬੀ ਤੋਂ ਬਾਅਦ ਹੋ ਨਗਰ ਨਿਗਮ ਵੀ ਪਲਾਸਟਿਕ ਕੈਰੀ ਬੈਗਸ ਦੇ ਉੱਤੇ ਲਗਾਵੇਗੀ ਸਖਤੀ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਤੇ ਰਾਜਾ ਵੜਿੰਗ ਨੂੰ ਅਫਸੋਸ ਕਿਹਾ ਜਿਹਾ ਨਹੀਂ ਹੋਣਾ ਚਾਹੀਦਾ ਸੀ ਕੈਨੇਡਾ ਦੀ ਸੰਸਦ ਦੇ ਵਿੱਚ ਭਾਰਤੀ ਮੂਲ ਦੇ ਸਾਂਸਦ ਨੇ ਮਾਂ ਬੋਲੀ ਕੰਨੜ ਦੇ ਵਿੱਚ ਦਿੱਤਾ ਭਾਸ਼ਣ ਵਜਾਈਆਂ ਸਭ ਨੇ ਤਾੜੀਆਂ ਕੱਲੂਕਾਰਾ ਦਿਵਸ ਸੰਬੰਧੀ ਜਰੰਦਰ ਕਮਿਸ਼ਨਰੇਟ ਪੁਲਿਸ ਦੇ ਸਖਤੀ ਪੈਰਾ ਮਿਲਟਰੀ ਦੀਆਂ ਦੋ ਕੰਪਨੀਆਂ ਕੀਤੀਆਂ ਗਈਆਂ ਤਾਇਨਾਤ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਐਸ਼ਲੇ ਬਾਈਡਨ ਨੂੰ ਹੋਇਆ ਕਰੋਨਾ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਸਟ ਲੇਡੀ ਜਿਲ ਬਾਈਡਨ ਦੀ ਤੀਐਸ਼ਲੇ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਈ ਗਈ ਹੈ ਤੇ ਉਹ ਆਪਣੀ ਮਾਂ ਜਿਲ ਬਾਈਡਨ ਦੇ ਨਾਲ ਲਾਟਿਨ ਅਮਰੀਕਾ ਦੀ ਯਾਤਰਾ ਹੁਣ ਨਹੀਂ ਕਰੇਗੀ। ਵਾਈਟ ਹਾਊਸ ਨੇ ਇਹ ਜਾਣ ਕਰ ਦਿੱਤੀ ਹੈ ਫਰਸਟ ਲੇਡੀ ਜਿਲ ਬਾਈਡਨ ਦੇ ਬੁਲਾਰੇ ਮਾਈਕਲ ਲਾਰੋਸਾ ਨੇ ਕਿਹਾ ਕਿ ਬਾਈਡਨ ਜੋੜੇ ਨੂੰ ਉਹਨਾਂ ਦਾ ਨਜ਼ਦੀਕੀ ਸੰਪਰਕ ਨਹੀਂ ਮੰਨਿਆ ਜਾ ਸਕਦਾ। ਵਾਈਟ ਹਾਊਸ ਦੇ ਪ੍ਰੈਸ ਕਾਟਰ ਕੈਰੀਨ ਜੀਨ ਪੀਅਰ ਨੇ ਕਿਹਾ ਕਿ ਐਸ਼ਲੇ ਨੇ ਕਈ ਦਿਨ ਪਹਿਲਾਂ ਰਾਸ਼ਟਰਪਤੀ ਤੇ ਫਰਸਟ ਲੇਡੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਲ ਬਾਈਡਨ ਦੇ ਬੁੱਧਵਾਰ ਨੂੰ ਇੱਕ ਵਾਰ ਡੋਰ ਦੇ ਲਈ ਰਵਾਨਾ ਹੋਣ ਤੋਂ ਪਹਿ ਕੀਤਾ ਗਿਆ ਜਿਲ ਬਾਡਨ ਲਾਤੀਨ ਅਮਰੀਕਾ ਦੇ 6 ਦਿਨਾਂ ਦੇ ਦੌਰੇ ਤੇ ਨੇ ਜਿਸ ਦੀ ਸ਼ੁਰੂਆਤ ਉਹ ਇਕਵਾ ਡੋਰ ਤੋਂ ਕਰੇਗੀ ਇਸ ਤੋਂ ਬਾਅਦ ਉਪਨਾਮਾ ਅਤੇ ਕੋਸਟਾ ਰਿਕਾ ਵੀ ਜਾਵੇਗੀ ਇਹ ਦੂਜੀ ਵਾਰ ਹੈ ਕਿ ਜਦੋਂ ਐਸ਼ਲੇ ਬੈਡਨ ਨੂੰ ਆਪਣਾ ਅਧਿਕਾਰਿਤ ਦੌਰਾ ਰੱਦ ਕਰਨਾ ਪਿਆ ਔਰ ਇਸ ਤੋਂ ਪਹਿਲਾਂ ਮਈ ਦੇ ਵਿੱਚ ਉਹ ਇੱਕ ਸੰਕਰਮਿਤ ਵਿਅਕਤੀ ਦੇ ਸੰਪਰਕ ਦੇ ਕਾਰਨ ਆਪਣੀ ਮਾਂ ਦੇ ਨਾਲ ਪੂਰਬੀ ਔਰਤ ਦੀ ਯਾਤਰਾ ਤੇ ਨਹੀਂ ਜਾ ਸਕੀ ਹਾਲਾਂਕਿ ਐਸ਼ਲੇ ਉਸ ਸਮੇਂ ਸੰਕਰਮਿਤ ਨਹੀਂ ਹੋਈ ਸੀ ਰੋਗ ਨਿਯੰਤਰਣ ਦੇ ਰੋਗ ਥਾਮ ਕੇਂਦਰ ਦੇ ਅਨੁਸਾਰ ਕਿਸੇ ਸੰਕਰਮਿਤ ਵਿਅਕਤੀ ਦੇ ਨਾਲ 24 ਘੰਟੇ ਦੀ ਮਿਆਦ ਦੇ ਵਿੱਚ 15 ਮਿੰਟ ਜਾਂ ਇੱਕ ਤੋਂ ਵੱਧ ਸਮਾਂ ਬਤਾਉਣ ਤੇ ਕਿਸ ਨੂੰ ਸੰ ਗਰਮਿਤਦਾ ਨਿਰਲਾ ਸੰਪਰਕ ਮੰਨਿਆ ਜਾਂਦਾ ਹੈ। ਉਦੋਂ ਕੈਨੇਡੀਅਨ ਸਰਕਾਰ ਨੇ ਹੁਆ ਵਾਈ ਅਤੇ ZTE ਕੰਪਨੀਆਂ ਦੇ ਬਣਾਏ ਉਤਪਾਦਾਂ ਅਤੇ ਸੇਵਾਵਾਂ ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਇਹਨਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਇਹਨਾਂ ਨੂੰ ਤੁਰੰਤ ਹਟਾਉਣ ਦੇ ਲਈ ਕਿਹਾ ਗਿਆ ਇਹ ਜਾਣਕਾਰੀ ਕੈਨੇਡਾ ਦੇ ਇਨੋਵੇਸ਼ਨ ਵਿਗਿਆਨ ਅਤੇ ਉਦਯੋਗ ਮੰਤਰੀ ਫ੍ਰੈਂਕਿਸ ਫਿਲਿਪ ਸ਼ੈਪੇ ਨੇ ਦਿੱਤੀ ਹੈ ਸ਼ੈਪੇ ਨੇ ਵੀਰਵਾਨ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਨੇਡਾ ਦੀ ਸਰਕਾਰ ਦੂਰ ਸੰਚਾਰ ਪ੍ਰਣਾਲੀਆਂ ਦੇ ਬੁਨਿਆਦੀ ਢਾਂਚੇ ਦੀ ਲੰਬੀ ਮਿਆਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਹੋਇਆ ਕੈਨੇਡੀਅਨ ਦੂਰ ਸੰਚਾਰ ਪ੍ਰਣਾਲੀਆਂ ਦੇ ਵਿੱਚ ਹੁਆ ਵਾਈ ਅਤੇ ZTE ਉਤਪਾਦ ਚੈਂਪੇਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਾਬੰਦੀਆਂ ਜਾਰੀ ਕਰਨ ਦਾ ਸਰਕਾਰ ਦਾ ਫੈਸਲਾ ਸੁਤੰਤਰ ਸੁਰੱਖਿਆ ਏਜੰਸੀਆਂ ਦੇ ਵੱਲੋਂ ਡੂੰਗੀ ਸਮੀਖਿਆ ਅਤੇ ਕੈਨੇਡਾ ਦੇ ਨਜ਼ਦੀਕੀ ਸਹਿਯੋਗਾਂ ਦੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ। ਮੰਤਰੀ ਨੇ ਕਿਹਾ ਕਿ ਇਸ ਪਾਬੰਦੀ ਦੇ ਨਤੀਜੇ ਵਜੋਂ ਕੈਨੇਡੀਅਨ ਦੂਰਸੰਚਾਰ ਕੰਪਨੀਆਂ ਨੂੰ ਹੁਣ ਹੁਆ ਵਈ ਅਤੇ ZTE ਤੋਂ ਆਉਣ ਵਾਲੇ ਉਪਕਰਨਾਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਜੜੀਆਂ ਕੰਪਨੀਆਂ ਪਹਿਲਾਂ ਹੀ ਇਹਨਾਂ ਦੀ ਵਰਤੋਂ ਕਰ ਰਹੀਆਂ ਨੇ ਉਹਨਾਂ ਨੂੰ ਇਸ ਨੂੰ ਹਟਾਉਣਾ ਹੋਵੇਗਾ ਤੇ ਇਹਨਾਂ ਦੀ ਵਰਤੋਂ ਬੰਦ ਕਰਨੀ ਹੋਵੇਗੀ। ਸਰਕਾਰ ਕੈਨੇਡਾ ਦੇ ਦੂਰਸੰਚਾਰ ਸਿੱਦੇ ਵੱਜੋ ਇਹਨਾਂ ਉਪਾਵਾਂ ਨੂੰ ਲਾਗੂ ਕਰਨ ਦਾ ਇਰਾਦਾ ਰੱਖਦੇ ਅਤੇ ਉਹਨਾਂ ਨੇ ਇਸ ਦੇ ਲਈ ਸੰਬੰਧਿਤ ਉਦਯੋਗਾਂ ਦੇ ਨਾਲ ਵੀ ਇਸ ਸਲਾਹ مشورہ ਕੀਤਾ ਜ਼ਿਕਰਯੋਗ ਹੈ ਕਿ ਕੈਨੇਡਾ ਜਿਹਾ ਫੈਸਲਾ ਲੈਣ ਵਾਲਾ ਅਮਰੀਕਾ ਆਸਟ੍ਰੇਲੀਆ ਨਿਊਯਾਰਕ ਅਤੇ ਬ੍ਰਿਟੇਨ ਤੋਂ ਬਾਅਦ ਹੁਣ 5 ਆਈਜ਼ ਇੰਟੈਲੀਜੈਂਸ ਸ਼ੋਰਿੰਗ ਗਰੁੱਪ ਦਾ ਪੰਜਵਾਂ ਅਤੇ ਆਖਰੀ ਮੈਂਬਰ ਬਣ ਗਿਆ ਇਹ ਇੱਕ ਖੁਫੀਆ ਗੱਠਜੋੜ ਹੈ ਜਿਨ੍ਹਾਂ ਦੇ ਵੱਲੋਂ ਆਪਣੇ 5G ਨੈਟਵਰਕ ਦੇ ਵਿੱਚ ਹੋ ਆ ਵਈ ਉਪਕਰਨਾਂ ਤੇ پابੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਅਜਿਹਾ ਦਰਸਲ ਹੋ ਆ ਵਈ ਤੇ ਚੀਨ ਦੀ ਜਾਸੂਸੀ ਤੇ ਕਥੇ ਤੇ ਦੋਸ਼ਾ ਤੋਂ ਬਾਤ ਕੀਤਾ ਗਿਆ ਹਾਲਾਂਕਿ ਕੰਪਨੀ ਵਾਰ-ਵਾਰ ਇਸ ਤੋਂ ਇਨ Yes. ਉਧਰ ਕੋਰੋਨਾ ਦੀ ਰਫ਼ਤਾਰ ਮੰਦੀ ਹੋਣ ਤੇ ਵਿਦੇਸ਼ੀ ਅੰਬੈਸੀਆਂ ਦੇ ਵੱਲੋਂ ਵੀਜ਼ੇ ਖੋਲਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਤੇ ਹੋਰ ਲੋਕਾਂ ਨੇ ਵਿਦੇਸ਼ਾਂ ਦੇ ਵੱਲ ਵਹੀਰਾ ਘੱਟ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ ਲਗਭਗ 4 ਲੱਖ ਵਿਦਿਆਰਥੀ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਸਿਰਫ਼ ਕੈਨੇਡਾ ਨੂੰ ਹੀ ਦਿੰਦੇ ਨੇ ਤੇ ਹੋਰ ਵੀ ਲੱਖਾਂ ਲੋਕ ਜਿਨ੍ਹਾਂ ਦੇ ਵਿੱਚੋਂ ਬਹੁਤ ਗਿਣਤੀ ਪੰਜਾਬੀਆਂ ਦੀ ਹੈ ਕੈਨੇਡਾ ਦੇ ਵੱਲ ਜਾਂਦੇ ਨੇ ਕੈਨੇਡਾ ਜਾਣ ਦੇ ਪ੍ਰੋਸੈਸ ਦੇ ਵਿੱਚ ਇੱਕ ਕੜੀ ਬਾਇਓਮੈਟ੍ਰਿਕਸ ਵੀ ਹੁੰਦੀ ਹੈ ਜਿਸ ਦੇ ਵਿੱਚ ਅੰਬੈਸੀ ਦੇ ਵੱਲੋਂ ਬਾਇਓਮੈਟ੍ਰਿਕਸ ਕਰਵਾਉਣ ਦੇ ਲਈ ਪ੍ਰਵਾਸ ਕਰਨ ਵਾਲੇ ਨੂੰ ਬੁਲਾਇਆ ਜਾਂਦਾ ਹੈ ਇਸ ਲਈ ਅੰਬੈਸੀ ਨੂੰ ਈਮੇਲ ਪੇਜ ਕੇ ਬਾਇਓਮੈਟ ਦਾ ਲਾਹ ਲੈ ਕੇ ਪੰਜਾਬ ਵਿਚਲੇ ਇਮੀਗ੍ਰੇਸ਼ਨ ਏਜੰਟਾਂ ਦੇ ਵੱਲੋਂ ਨਜਾਇਜ਼ ਤਰੀਕੇ ਦੇ ਨਾਲ ਮਿਲੀ ਭੁਗਤਤ ਅਤੇ ਚੋਰ ਮੋਰੀਆਂ ਦੇ ਰਾਹੀਂ ਕੈਨੇਡਾ ਜਾਣ ਦੇ ਚਾਹਵਾਰਾਂ ਦੇ ਕੋਲ ਬਾਇਓਮੈਟ੍ਰਿਕਸ ਕਰਾਉਣ ਦੇ ਨਾਂ ਤੇ ਪਹਿਲਾਂ ਜਾਲੀ ਤਰੀਕੇ ਦੇ ਨਾਲ ਹਜ਼ਾਰਾਂ ਮੇਲਾ ਪੇਜ ਕੇ ਡੇਟਸ ਬੁੱਕ ਕਰ ਲਿਆ ਜਾਂਦੀਆਂ ਨੇ ਜਦੋਂ ਕਿਸੇ ਨੂੰ ਬਾਇਓਮੈਟ੍ਰਿਕਸ ਕਰਾਉਣ ਦੇ ਲਈ ਤਾਰੀਖ ਨਹੀਂ ਮਿਲਦੀ ਹੈ ਤਾਂ ਏਜੰਟ 15 ਤੋਂ 50000 ਰੁਪਏ ਲੈ ਕੇ ਉਸ ਮੇਲ ਦੇ ਰਾਹੀਂ ਬੁੱਕ ਕੀਤੀ ਹੋਈ ਡੇਟ ਗਾਹਕ ਨੂੰ ਉਪਲਬਧ ਕਰਵਾ ਦਿੰਦੇ ਨੇ ਤਾਂ ਕਿ ਚਾਹਵਾਰਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਸਕੇ ਇੱਕ ਆਪਣਾ ਪਹਿਲਾ ਪੰਜਾਬ ਦੇ ਜਲੰਧਰ ਦੇ ਫਿਰ ਚੰਡੀਗੜ੍ਹ ਤੋਂ ਬਾਅਦ ਦਿੱਲੀ ਬ ਦੇ ਵਿੱਚ ਫੈਲ ਗਿਆ ਤੇ ਏਜੰਟਾਂ ਨੇ ਦੇਖਾ ਦਿੱਤੀ ਹੋਰ ਲੋਕਾਂ ਤੋਂ ਪਾਸਪੋਰਟ ਨੰਬਰ ਲੈ ਕੇ ਅੰਬੈਸੀ ਦੀਆਂ 6 ਮਹੀਨੇ ਤੱਕ ਦੀਆਂ ਬਾਇਓਮੈਟ੍ਰਿਕਸ ਦੀ ਤਾਰੀਖ ਪਹਿਲਾਂ ਹੀ ਜਾਲੀ ਤਰੀਕੇ ਦੇ ਨਾਲ ਬੁੱਕ ਕਰਵਾ ਲਿਆ ਤੇ ਲੋੜਵੰਦਾਂ ਨੂੰ 6 ਮਹੀਨੇ ਤੱਕ ਤਾਰੀਖ ਨਹੀਂ ਮਿਲੀ ਸੀ ਤਾਂ ਕੁਝ ਲੋਕਾਂ ਨੂੰ ਨੇਪਾਲ ਜਾਂ ਫਿਰ ਹੋਰ ਨਜ਼ਦੀਕੀ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੋਣਾ ਪੈਂਦਾ ਬਹੁਤ ਏਜੰਟਾਂ ਦੇ ਵੱਲੋਂ ਆਪਣੇ ਸੂਤਰਾ ਦੇ ਨਾਲ ਹੀ 15 ਤੋਂ 50000 ਰੁਪਏ ਵਾਧੂ ਲੈ ਕੇ ਪਹਿਲਾਂ ਬੁੱਕ ਕੀਤੀਆਂ ਜਾਲੀ ਅਪਾਇੰਟਮੈਂਟਸ ਦੇ ਵਿੱਚ ਬਦਲਾਵ ਕਰਕੇ ਲੋੜਵੰਦ ਲੋਕਾਂ ਦੀ ਬਾਇਓਮੈਟ੍ਰਿਕਸ ਕਰਵਾ ਦਿੱਤੀ ਜਾਂਦੀ ਹੈ ਇਸ ਸਾਰੇ ਕਪਲੇ ਦਾ ਖੁਲਾਸਾ ਉਦੋਂ ਹੋ ਸਮਾਜਿਕ ਸੰਸਥਾ ਦੇ ਵੱਲੋਂ ਕੈਨੇਡਾ ਆਉਣ ਦੇ ਲਈ ਸੱਦਾ ਪੱਤਰ ਭੇਜਿਆ ਗਿਆ ਸੀ ਉਦਕਰਨ ਦੇ ਵੱਲੋਂ ਰੂਸੀ ਟੀਵੀ ਚੈਨਲ ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਰੂਸ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ ਮੰਤਰਾਲੇ ਦੀ ਬੁਲਾਰਨ ਮਾਰੀਆ ਜਖਾਰੋਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਸ ਕੈਨੇਡੀਅਨ ਨਿਊਜ਼ ਚੈਨਲ ਸੀਬੀਸੀ ਦੇ ਮਾਸਕੋ ਬਿਊਰੋ ਨੂੰ ਬੰਦ ਕਰਨ ਜਾ ਰਹੇ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਰੂਸੀ ਟੀਵੀ ਸਟੇਸ਼ਨ ਰਸ਼ੀਆ ਟੂਡੇ ਤੇ ਆਟਵਾ ਦੀ ਪਾਬੰਦੀ ਕਾਰਨ ਸੀਬੀਸੀ ਪੱਤਰਕਾਰਾਂ ਤੋਂ ਵੀਜ਼ਾ ਤੇ ਮਾਨਤਾ ਵੀ ਵਾਪਸ ਲਈ ਜਾ ਰਹੀ ਹੈ ਇਸ ਤੋਂ ਪਹਿਲਾਂ ਮਾਰਚ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕ੍ਰੈਮਲਿਨ ਦੇ ਬੁਲਾਰੇ ਦਮੀਂਤਰੀ ਪੇਸਕੋਫ ਤੇ ਕਾਰੋਬ ਸ਼ਿਪ ਤੇ ਕਰੀਬੀ 10 ਵਿਅਕਤੀਆਂ ਦੇ ਵਿਰੁੱਧ ਪਾਬੰਦੀਆਂ ਲਗਾਈਆਂ ਨੇ ਕੈਨਾ ਦੇ ਵੱਲੋਂ ਰੂਸ ਤੇ ਪਾਬੰਦੀਆਂ ਦਾ ਐਲਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਡੱਚ ਪ੍ਰਧਾਨ ਮੰਤਰੀ ਮਾਰਕ ਰੂਨ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਗਿਆ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੂਸ ਦੇ ਪੈਰਿਸ ਦੇ ਇਸੇ ਤਰ੍ਹਾਂ ਦੇ ਕਦਮ ਦੇ ਲਈ ਬਦਲਾ ਲੈਣ ਦੇ ਲਈ ਮਾਸਕੋ ਦੇ ਵਿੱਚ ਫ੍ਰਾਂਸੀਸੀ ਡਿਪਲੋਮੈਟਿਕ ਮਿਸ਼ਨਾਂ ਦੇ 34 ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਵਿਦੇਸ਼ ਮੰਤਰਾਲੇ ਦੇ ਫ੍ਰਾਂਸ ਦੇ ਵਿੱਚ ਰੂਸੀ ਡਿਪਲੋਮੈਟਿਕ ਮਿਸ਼ਨਾਂ ਦੇ 44 ਕਰਮਚਾਰੀਆਂ ਨੂੰ ਗੈਰ-ਗ੍ਰਤੇ ਕੋਸ਼ਿਤ ਕਰਨ ਤੇ ਪੈਰਿਸ ਦੇ ਫੈਸਲੇ ਦਾ ਵਿਰੋ ਨੇ ਕਿਹਾ ਕਿ ਪ੍ਰਕਿਰਤੀ ਕੀ ਰਿਆਵਾ ਦੇ ਤੌਰ ਤੇ ਰੂਸ ਦੇ ਵਿੱਚ ਫ੍ਰਾਂਸੀਸੀ ਡਿਪਲੋਮੈਟਿਕ ਮਿਸ਼ਨਾਂ ਦੇ 34 ਕਰਮਚਾਰੀਆਂ ਨੂੰ ਗੈਰ ਗ੍ਰਤੇ ਵਿਕਤੀ ਕੋਸ਼ਿਤ ਕੀਤਾ ਗਿਆ ਉਹਨਾਂ ਨੂੰ ਰਾਜਦੂਤ ਨੂੰ ਸੰਬੰਧਿਤ ਨੋਟ ਦੀ ਸਪੁਰਦਗੀ ਦੀ ਮਿਤੀ ਤੋਂ 2 ਹਫ਼ਤੇ ਦੇ ਅੰਦਰ ਰੂਸ ਦੇ ਖੇਤਰ ਨੂੰ ਛੱਡਣ ਦਾ ਹੁਕਮ ਵੇ ਦਿੱਤਾ ਗਿਆ April ਦੇ ਵਿੱਚ ਫ੍ਰਾਂਸੀਸੀ ਖੁਫੀਆ ਸੇਵਾਵਾਂ ਦੇ ਦੁਆਰਾ ਇਸ ਦੇ ਖੇਤਰ ਦੇ ਵਿੱਚ ਇੱਕ ਗੁਪਤ ਕਾਰਵਾਈ ਦਾ ਪਰਦਾਫਾਸ਼ ਕਰਨ ਤੋਂ ਬਾਅਦ ਫ੍ਰਾਂਸ ਦੇ ਕੂਟਨੀਤਿਕ ਕਵਰ ਹੇਠ ਜਾਸੂਸ ਵਜੋਂ ਕੰਮ ਕਰਨ ਦੇ ਸ਼ੱਕ ਦੇ ਵਿੱਚ 6 ਰੂਸੀਆਂ ਨੂੰ ਘਟ ਦਿੱਤਾ ਰੂਸ ਨੇ ਫਰਵਰੀ ਦੇ ਆਖਰੀ ਹਫ਼ਤੇ ਦੇ ਵਿੱਚ ਯੂਕਰੇਨ ਦੇ ਵਿੱਚ ਆਪਣੀ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਸ਼ਾਨੇ ਚੱਲ ਰਹੀ ਜੰਗ ਦੇ ਵਿੱਚ ਕੀਵਦਾ ਸਮਰਥਨ ਕੀਤਾ ਤਾਂ ਰੂਸ ਨੇ ਕਈ پابੰਦੀਆਂ ਲਗਾਈਆਂ ਨੇ ਸਜ਼ਾ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਸਿੱਧੂ ਨੂੰ ਹੁਣ ਜੇਲ੍ਹ ਜਾਣਾ ਵੀ ਪਵੇਗਾ ਦਰਸਲ ਸੁਪਰੀਮ ਕੋਰਟ ਨੇ ਕਿਉਂ ਰੇਟੇ ਪਟੀਸ਼ਨ ਨੂੰ ਤੁਰੰਤ ਸੁਣਨ ਤੋਂ ਇਨਕਾਰ ਕਰ ਦਿੱਤਾ ਸਿੱਧੂ ਨੂੰ ਹੁਣ ਅਦਾਲਤ ਦੇ ਵਿੱਚ ਸਰੈਂਡਰ ਕਰਨਾ ਹੀ ਪਵੇਗਾ ਜੇਕਰ ਸਿੱਧੂ ਅਦਾਲਤ ਦੇ ਵਿੱਚ ਆਤਮ ਸਮਰਪਣ ਨਹੀਂ ਕਰਦੇ ਤਾਂ ਪੰਜਾਬ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲਵੇਗੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਦੀ ਪਟੀਸ਼ਨ ਤੇ ਜਸਟਿਸ ਏ ਐਮ ਖਾਨ ਵਿਲਕਰ ਨੇ ਕਿਹਾ ਸੀ ਕਿ ਅਸੀਂ ਚੀਫ ਜਸਟਿਸ ਕੋਲ ਇਸ ਮਾਮਲੇ ਨੂੰ ਭੇਜ ਰਿਹਾ ਉਹ ਵੀ ਇਸ ਤੇ ਸੁਣਵਾਈ ਦਾ ਫੈਸਲਾ ਕਰਨਗੇ ਸਿੱਧੂ ਨੇ ਸਿਹਤ ਦਾ ਹਵਾਲਾ ਦਿੰਦਿਆਂ ਹੋਏ ਆਤਮ ਸਮਰਪਣ ਦੇ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ ਸਪਰੀਮ ਕੋਰਟ ਨੇ 1988 ਦੇ ਰੋਡ ਰੇਜ਼ ਮਾਮਲੇ ਦੇ ਵਿੱਚ ਕਾਂਗਰਸ ਦੇ ਤਰਫ ਜੋਜ ਸਿੰਘ ਸਿੱਧੂ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਲਗਭਗ 34 ਸਾਲ ਪਹਿਲਾਂ ਸੜਕ ਤੇ ਹੋਈ ਹੱਤੋਂ ਪਾਈ ਦੀs ਘਟਨਾ ਦੇ ਵਿੱਚ 65 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ ਉਸ ਸਮੇਂ ਸਿੱਧੂ ਦੀ ਉਮਰ ਲਗਭਗ 25 ਸਾਲ ਸੀ ਛੋਟੀ ਦੀ ਅਦਾਲਤ ਨੇ ਸਿੱਧੂ ਨੂੰ ਪਹਿਲਾਂ ਇਸ ਮਾਮਲੇ ਦੇ ਵਿੱਚ ਸਿਰਫ 1000 ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ ਉਸ ਦੇ ਖਿਲਾਫ ਪੀੜਤ ਪਰਿਵਾਰ ਨੇ ਮੂੜ ਮੁੜ ਪਟੀਸ਼ਨ ਦਰਜ ਕੀਤੀ ਜਿਸ ਨੂੰ ਛੋਟੀ ਦੀ ਅਦਾਲਤ ਨੇ ਸਵੀਕਾਰ ਕਰ ਲਿਆ ਤੇ ਅੱਜ ਸਿੱਧੂ ਨੂੰ 1 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ ਜ ਜ਼ਰੂਰੀ ਵਸਤਾਂ ਦੇ ਮੂਲ ਵਧ ਦੇ ਪ੍ਰਤੀਕਾਤਮਕ ਵਿਰੋਧ ਦੇ ਰੂਪ ਦੇ ਵਿੱਚ ਹਾਥੀ ਦੀ ਸੰਭਾਨ ਕੀਤੀ ਕਾਂਗਰਸ ਨੇਤਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਟਵੀਟ ਕੀਤਾ ਕਾਨੂੰਨ ਦਾ ਸਨਮਾਨ ਕਰਾਂਗਾ ਉਧਰ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਉੱਚ ਕੋਟੀ ਦੇ ਆਗੂ ਲਗਾਤਾਰ ਪਾਰਟੀ ਚਾਜਰ ਨੇ ਸੰਕਟ ਦੇ ਵਿਚਾਲੇ ਰਾਹੁਲ ਗਾਂਧੀ ਵੀਰਵਾਨ ਨੂੰ ਆਈਡੀਆਜ਼ ਫਾਰ ਇੰਡੀਆ ਨੂੰ ਸੰਬੋਧਨ ਕਰਨ ਦੇ ਲਈ ਲੰਡਨ ਰਵਾਨਾ ਹੋ ਗਿਆ ਜਾਣਕਾਰੀ ਦੇ ਮੁਤਾਬਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਈਡੀਆਜ਼ ਫਾਰ ਇੰਡੀਆ ਸਮੇਲਨ ਦੇ ਵਿੱਚ ਸ਼ਿਰਕਤ ਕਰਨਗੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਨਾਲ ਦੇਸ਼ ਦੇ ਵਰਤਮਾਨ ਅਤੇ ਭਵਿੱਖ ਦੇ ਬਾਰੇ ਵੀ ਗੱਲਬਾਤ ਕਰਨਗੇ 23 ਮਈ ਨੂੰ ਰਾਹੁਲ ਗਾਂਧੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਇੰਡੀਆ ਐਟ 75 ਇੱਕ ਲੰਚਕ ਅਧਾਰਾ ਧੁਨਿਕ ਭਾਰਤ ਸ਼ੁਕਰਵਾਰ ਨੂੰ ਲੰਡਨ ਦੇ ਵਿੱਚ ਆਈਡੀਆਜ਼ ਫਾਰ ਇੰਡੀਆ ਪ੍ਰੋਗਰਾਮ ਹੋਣਾ ਹੈ। ਰਾਹੁਲ ਗਾਂਧੀ ਵੀਰਵਾਰ ਸ਼ਾਮ ਨੂੰ ਲੰਡਨ ਪਹੁੰਚੇ। ਕਾਂਗਰਸ ਨੇਤਾ ਸਲਮਾਨ ਖੁਰਸ਼ੀ ਤੇ ਪ੍ਰਿਆੰਕ ਖੜਗੇ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਲੰਡਨ ਦੇ ਵਿੱਚ ਹਨ। ਰਾਹੁਲ ਗਾਂਧੀ ਦੇ ਲਈ ਖਾਸ ਤੌਰ ਤੇ ਕੋਵਿਡ-19 ਮਹਾਮਾਰਤਵਾ ਯਾਤਰਾ ਦੇ ਆਮ ਵਾਗ ਹੋਣ ਤੋਂ ਬਾਅਦ ਇਹ ਪਹਿਲਾ ਵਿਦੇਸ਼ੀ ਸਮਾਗਮ ਹੋਵੇਗਾ। ਹਫਤਾ ਪਹਿਲਾ ਕਾਂਗਰਸ ਨੂੰ ਅਲਵਿਦਾ ਕੈਨ ਵਾਲੇ ਪੰਜਾਬ ਕਾਂਗਰਸ ਦੇ ਸਾਫਾ ਪ੍ਰਧਾਨ ਤੇ ਸਾਫਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੇ ਰਾਜਨੀਤਿਕ ਭਵਿੱਖ ਨੂੰ ਲੈ ਕੇ ਚੱਲ ਰਹੀ ਦੁਚਿੱਤੀ ਆਖਰ ਬੀਤੇ ਦਿਨੀ ਉਹਨਾਂ ਦੇ ਭਾਜਪਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਖਤਮ ਹੋ ਗਈ ਹੈ ਜਾਖੜ ਪਰਿਵਾਰ ਦਾ ਰਾਜਸਥਾਨ ਅਤੇ ਪੰਜਾਬ ਦੇ ਮਾਲਵੇ ਦੇ ਵਿੱਚ ਕਾਫੀ ਆਧਾਰ ਰਿਹਾ ਹੈ ਭਾਜਪਾ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਜਿੰਮਾ ਸੌਂਪ ਸਕਦੀ ਹੈ ਤਾਂ ਕਿ ਉਹਨਾਂ ਦੇ ਨਿਰਵਿਵਾਦ ਅਤੇ ਬੇਦਾਗ ਅਕਸ ਦਾ ਲਾਹਾ ਲਿਆ ਜਾ ਸਕੇ ਸੁਨੀਲ ਜਾਖੜ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਤ ਕਈ ਸੀਨੀਅਰ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਉਹ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਗਤ ਪ੍ਰਕਾਸ਼ ਨੱਡਾ ਦੀ ਹਾਜ਼ਰੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਜਾਖੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ 2019 ਦੇ ਵਿੱਚ ਕਰਤਾਰਪੁਰ ਲੰਘਾ ਖੋਲਣ ਮੌਕੇ ਡੇਰਾ ਬਾਬਾ ਨਾਨਕ ਇੱਕ ਸਮਾਗਮ ਦੇ ਦੌਰਾਨ ਉਹਨਾਂ ਨੂੰ ਕਿਹਾ ਸੀ ਕਿ ਦਿੱਲੀ ਆਉਂਦੇ ਹੋ ਤਾਂ ਕਦੇ ਮਿਲਿਆ ਵੀ ਕਰੋ ਮੋਦੀ ਨੇ ਇਸ ਸੱਦੇ ਤੋਂ ਸਾਫ਼ ਹੈ ਕਿ ਜਾਖੜ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਜਗ੍ਹਾ ਇਸ ਦੇ ਬਾਵਜੂਦ ਉਹ ਕਦੇ ਮੋਦੀ ਨੂੰ ਮਿਲਣ ਨਹੀਂ ਗਏ ਪਰ ਹੁਣ 22 ਸਾਲ ਬਾਅਦ ਉਹ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਸੂਤਰਾਂ ਦੀ ਗੱਲ ਮੰਨੀ ਹੈ ਤਾਂ ਜਾਖੜ ਹੁਣ ਚੋਣਾਂ ਵੀ ਰਣਨੀਤੀ ਤੋਂ ਦੂਰ ਰਹਿਣਗੇ ਪਰ ਭਾਜਪਾ ਉਹਨਾਂ ਨੂੰ ਕੋਈ ਵੱਡੀ ਭੂਮਿਕਾ ਦੇਣ ਦੀ ਤਿਆਰੀ ਦੇ ਵਿੱਚ ਹੈ ਮੰਨਿਆ ਜਾ ਰਿਹਾ ਹੈ ਕਿ ਭਾਜ ਸਾਰੀ ਸੌਮਸਖ ਦੇ ਤਾਂ ਕਿ ਸੰਗਠਨ ਦੇ ਕੰਮ ਦੇ ਵਿੱਚ ਉਹਨਾਂ ਦੇ ਤਜਰਬੇ ਦਾ ਲਾਭ ਉਠਾ ਜਾ ਸਕੇ ਉਦਨ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਬਾਅਦ ਹੁਣ ਨਗਰ ਨਿਗਮ ਵੀ ਮਹਾਨਗਰ ਦੇ ਵਿੱਚ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਨੂੰ ਲੈ ਕੇ ਸਖਤੀ ਵਿਦਾਰੀ ਹੈ ਜ਼ਿਕਰਯੋਗ ਹੈ ਕਿ ਪਲਾਸਟਿਕ ਕੈਰੀ ਬੈਗ ਤੇ ਪਾਬੰਦੀ ਨੂੰ ਲਾਗੂ ਕਰਨ ਦੀ ਬਜਾਏ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਅਤੇ PPCB ਦੇ ਵੱਲੋਂ ਕੋਰਟ ਦੇ ਵਿੱਚ ਇੱਕ ਦੂਜੇ ਦੇ ਪਾਲੇ ਦੇ ਵਿੱਚ ਗੇਂਦ ਸੁੱਟਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਜਿਸ ਦਾ ਮੁੱਖ ਕਾਰਨ ਕਾਂਗਰਸ ਸਰਕਾਰ ਦੇ ਦੌਰਾਨ ਸਿਆਸੀ ਦਬਾਅ ਮੰਨਿਆ ਜਾ ਰਿਹਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ PPCB ਸਰਗਰਮ ਹੋ ਗਈ ਹੈ ਜਿਸ ਰਾਹੀਂ ਪਿਛਲੇ ਦਿਨੀ ਇੰਡਸਟਰੀ ਏਰੀਆ ਦੇ ਵਿੱਚ ਚੈਕਿੰਗ ਕਰਕੇ ਪ ਕੈਰੀ ਬੈਗ ਜਬਤ ਕੀਤੇ ਜਾ ਚੁੱਕੇ ਨੇ ਇਸ ਦੇ ਮੱਦੇ ਨਜ਼ਰ ਨਗਰ ਨਿਗਮ ਪ੍ਰਸ਼ਾਸਨ ਵੀ ਹਰਕਤ ਦੇ ਵਿਚਾਰ ਰਿਹਾ ਜਿਸ ਤਹਿਤ ਸਿਹਤ ਸ਼ਾਖਾ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਦੌਰਾਨ ਕਮਿਸ਼ਨਰ ਸੀਨਾ ਅਗਰਵਾਲ ਨੇ ਪਲਾਸਟਿਕ ਕੈਰੀ ਬੈਗ ਵਿਚਰਨ ਅਤੇ ਵਰਤਣ ਵਾਲਾ ਦੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਮਾਮਲੇ ਦੇ ਵਿੱਚ ਪਲਾਸਟਿਕ ਕੈਰੀ ਬੈਗ ਬਣਾਉਣ ਅਤੇ ਵੇਚਣ ਵਾਲੇ ਵਪਾਰੀਆਂ ਦੇ ਵੱਲੋਂ ਪੀਪੀਸੀਬੀ ਅਤੇ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਮੰਗ ਕਰਦਿਆ ਕਿ ਪਲਾਸਟਿਕ ਕੈਰੀ ਬੈਗ ਬਣਾਉਣ ਅਤੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਇਹ ਪਲਾਸਟਿਕ ਕੈਰੀ ਬੈਗ ਰੀਸਾਈਕਲ ਹੋਣ ਦੇ ਕ ਉਦੋਂ ਰੋਡ ਰੇਜ਼ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਗਈ ਸਜ਼ਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਅਜੇ ਹਨ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਸਿੱਧੂ ਮੇਰੇ ਵੱਡੇ ਭਰਾ ਵਰਗੀ ਤਰ੍ਹਾਂ ਹੈ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਤੇ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਇਸ ਦੇ ਨਾਲ ਹੀ ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਕਿਹਾ ਕਿ ਮੈਂ ਸੁਪਰੀਮ ਕੋਰਟ ਦੇ ਫੈਸਲੇ ਤੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਹ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਸਭ ਕੁਝ ਹੋ ਦੇ ਵੱਲੋਂ ਹਾਈ ਕਮਾਂਡੋ ਸਿੱਧੂ ਦੇ ਵਿਰੁੱਧ ਚਿੱਠੀਆਂ ਵੀ ਲਿਖੀਆਂ ਗਈਆਂ ਅੱਜ ਵੀ ਬੇਸ਼ੱਕ ਉਹ ਪਟਿਆਲਾ ਨੇੜੇ ਆਪਣੇ ਪ੍ਰੋਗਰਾਮ ਕਰ ਰਹੇ ਨੇ ਪਰ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਨਹੀਂ ਪਹੁੰਚੇ ਜ਼ਿਕਰ ਇਹ ਹੋਗਾ ਕਿ ਪਿਤੇ ਦਿਨੀ 34 ਸਾਲ ਪੁਰਾਣੇ ਰੋਡ ਰੇਜ਼ ਮਾਮਲੇ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਦਰ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ ਵੀਰਵਾਰ ਨੂੰ ਕੈਨੇਡਾ ਦੀ ਸੰਸਦ ਦੇ ਵਿੱਚ ਆਪਣੀ ਮਾਂ ਬੋਲੀ ਕੰਨੜ ਦੇ ਵਿੱਚ ਆਪਣੀ ਗੱਲ ਕਹੀ ਹਾਊਸ ਆਫ ਕਾਮਨਸ ਦੇ ਵਿੱਚ ਨੇਪੀਅਨ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਵਾਲੇ ਆਰਿਆ ਨੇ ਆਪਣੀ ਵੀਡੀਓ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਚੰਦਰ ਆਰਿਆ ਨੇ ਦੱਸਿਆ ਕਿ ਪਹਿਲੀ ਵਾਰ ਹੈ ਕਿ ਭਾਰਤ ਤੋਂ ਬਾਹਰ ਦੁਨੀਆ ਦੇ ਕਿਸੇ ਸੰਸਦ ਦੇ ਵਿੱਚ ਕੰਨੜ ਭਾਸ਼ਾ ਬੋਲੀ ਗਈ ਹੈ ਉਹਨਾਂ ਨੇ ਕਿਹਾ ਕਿ ਭਾਸ਼ਾ ਦਾ ਇਤਿਹਾਸ ਬਹੁਤ ਪੁਰਾਣਾ ਹੈ ਆਰਿਆ ਦੇ ਭਾਸ਼ਣ ਮਗਰੋਂ ਸੰਸਦ ਮੈਂਬਰਾਂ ਨੇ ਖੜੇ ਹੋ ਕੇ ਉਹਨਾਂ ਦੀਆਂ ਤਾੜੀਆਂ ਵਜਾਈਆਂ ਆਪਣੇ ਟਵੀਟ ਦੇ ਵਿੱਚ ਚੰਦਰ ਆਰਿਆ ਨੇ ਲਿਖਿਆ ਕਿ ਕੈਨੇਡਾ ਦੀ ਸੰਸਦ ਦੇ ਸੁਰਦੇ ਭਾਸ਼ਾ ਦਾ ਬਹੁਤ ਪੁਰਾਣਾ ਇਤਿਹਾਸ ਹੈ ਅਤੇ ਲਗਭਗ 5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਨੇ ਇਹ ਪਹਿਲੀ ਵਾਰ ਹੋਇਆ ਜਦੋਂ ਦੁਨੀਆ ਦੇ ਵਿੱਚ ਕਿਸੇ ਸੰਸਦ ਦੇ ਵਿੱਚ ਭਾਰਤ ਤੋਂ ਬਾਹਰ ਕੰਨੜ ਬੋਲੀ ਗਈ ਹੈ ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਦਾ ਰਹਿਣ ਵਾਲਾ ਆਰਿਆ ਕਨੜ ਦੀ ਲਿਬਰੇਸ਼ਨ ਪਾਰਟੀ ਦਾ ਮੈਂਬਰ ਹੈ ਉਹ 2019 ਦੀਆਂ ਸੰਗੀ ਚੋਣਾਂ ਦੇ ਵਿੱਚ ਸੰਸਦ ਦੇ ਲਈ ਦੁਬਾਰਾ ਚੁਣਿਆ ਗਿਆ ਸੀ ਉਦਰ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਮਲਜ਼ਮਾ ਤੇ ਸ਼ੱਕੀ ਲੋਕਾਂ ਦੀ ਨਕੀਲ ਕੱਸਣ ਦੇ ਲਈ ਕਮਿਸ਼ਨਰ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਨੇ 6 ਜੂਨ ਨੂੰ ਕੱਲੂਕਾਰਾ ਦਿਵਸ ਦੇ ਮੱਦੇਨਜ਼ਰ ਸ਼ਹਿਰ ਦੇ ਵਿੱਚ ਚੌਕਸੀ ਹੋਰ ਵਧਾਉਣ ਦੇ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਅਤੇ ਡੀਸੀਪੀ ਜਸ ਕਿਰਨਜੀਤ ਸਿੰਘ ਤੇਜਨਵੀਰਵਾਰ ਕਮਿਸ਼ਨ ਦਫ਼ਤਰ ਦੇ ਕਾਨਫਰੰਸ ਹਾਲ ਦੇ ਵਿੱਚ ਕਮਿਸ਼ਨਰ ਪੁਲਿਸ ਦੇ ਸਾਰੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਚੌਕਸੀ ਹੋਰ ਵਧਾਉਣ ਦੇ ਹੁਕਮ ਦਿੱਤੇ ਸੀਪੀ ਗੁਰਪ੍ਰੀਤ ਸਿੰਘ ਤੂਰ ਅਤੇ ਡੀਸੀਪੀ ਜਸ ਕਿਰਨਜੀ ਮਜਬੂਤ ਕਰਨ ਤੇ ਸ਼ੱਕੀ ਲੋਕਾਂ ਤੇ ਨਜ਼ਰ ਰੱਖਣ ਦੇ ਲਈ ਪੈਰਾਮਿਲਟਰੀ ਫੋਰਸ ਦੀਆਂ ਦੋ ਕੰਪਨੀਆਂ ਸ਼ਹਿਰ ਦੇ ਵਿੱਚ ਤਾਇਨਾਤ ਕੀਤੀਆਂ ਗਈਆਂ ਸਨ ਉਹਨਾਂ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਦੇ ਅਧਿਕਾਰੀਆਂ ਤੇ ਪੈਰਾਮਿਲਟਰੀ ਫੋਰਸ ਦੇ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਪੈਰਾਮਿਲਟਰੀ ਫੋਰਸ ਦੀਆਂ ਦੋ ਕੰਪਨੀਆਂ ਨੂੰ ਦੋ ਹਿੱਸਿਆਂ ਤੇ ਵਿੱਚ ਵੰਡਿਆ ਗਿਆ ਸੀ ਵੀ ਨੇ ਦੱਸਿਆ ਕਿ ਇੱਕ ਕੰਪਨੀ ਏ ਡੀ ਸੀ ਪੀ ਸਿਟੀ 1 ਸੁਹੇਲ ਮੀਰ ਅਤੇ ਦੂਜੀ ਏ ਡੀ ਸੀ ਪੀ ਸਿਟੀ 2 ਹਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਸ਼ਹਿਰ ਦੇ ਵਿੱਚ ਨਾਕਾਬੰਦੀ ਕਰੇਗੀ ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਦੀਆਂ ਦੋਵੇਂ ਦੇਗਵਾਇ ਦੇ ਵਿੱਚ ਰੋਜ਼ਾਨਾ ਸ਼ਹਿਰ ਦੇ ਅੰਦਰੂਨੀ ਅਤੇ ਹੋਰ ਹਿੱਸਿਆਂ ਦੇ ਵਿੱਚ ਪੁਲਿਸ ਫੋਰਸ ਦੇ ਨਾਲ ਫਲੈਗ ਮਾਰਚ ਵੀ ਕੱਢਣ ਗਿਆ। ਇਹਨਾਂ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ ਆਪਣੀ ਦੋਸ਼ੀ ਤੁਹਾਨੂੰ ਦੋ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਐਚਐਸਐਨ ਨਿਊਜ਼ ਦੇ ਨਾਲ।